ਹੈਲੋ ਜੀ, ਕੀ ਹਾਲ ਚਾਲ? ਮੈਂ ਤੁਹਾਡਾ ਆਪਣਾ ਹਰਪਾਲ ਧਾਲੀਵਾਲ। ਅੱਜ ਸਵਖਤੇ ਰੇਡੀ ਸ਼ੇਡੀ ਹੋ ਕੇ, ਵੈਸੇ 11:11 ਨੇ ਅਜੇ, ਤੇ ਨਿਕਲ ਚੱਲੇ ਆਪਾਂ ਪੰਜਾਬ ਵੱਲ ਨੂੰ। ਹੁਣ ਘੁੰਮਾਂਗੇ ਫਿਰਾਂਗੇ, 4-5 ਦਿਨ ਨਜ਼ਾਰੇ ਲਾਂਗੇ। ਇਹਦਾ ਸੰਦੀਪ ਦਾ ਬੜੇ ਦਿਨਾਂ ਦਾ ਜੀ ਕਰਨ ਡਿਆ, ਕਹਿੰਦਾ ਮੈਨੂੰ ਕਿੱਥੇ ਨਹੀਂ ਘੁੰਮਾਉਂਦਾ। ਹੁਣ ਸੰਦੀਪ ਸਿੰਘ ਐਰਕਾ ਤੇਰੇ ਹੱਥ ਖੜੇ ਕਰਾ ਦੇਣੇ ਮੈਂ। ਹਾਂ, ਹੁਣ ਰੱਖ ਦੋ ਬੈਗ, ਬਹੁਤ ਜ਼ਿਆਦਾ ਸਮਾਨ ਲੈ ਕੇ ਜਾ ਰਹੇ ਹਾਂ, ਕਿਉਂਕਿ ਸਾਨੂੰ ਪਤਾ ਹੈ ਪੰਜਾਬ 'ਚ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ। ਸਾਡੇ ਵੇਖੋ ਮੌਸਮ ਸਾਫ਼ ਹੀ ਹੈ। ਥੋੜ੍ਹੀ ਸੀਟ ਲਿਟ ਜਾਏਗੀ ਆਪਣੀ। ਚਲੋ ਜੀ, ਚਲੋ ਜੀ। ਕੜੀ ਮਿੱਤਰਾਂ ਦੀ ਵੈਰੀਆਂ ਦਾ ਸਾਲ ਆ ਗਿਆ, ਹੱਟ ਪਿੱਛੇ ਹੱਟ ਧਾਲੀ ਆਲ ਆ ਗਿਆ। ਅਰੇ ਵਾਹ, ਅਰੇ ਵਾਹ, ਆ ਵੇ ਕਿੰਨਾ ਕੁਝ ਰੱਖਿਆ। ਅਰੇ ਵਾਹ, ਪੂਰੀ ਕਿੱਟ ਹੈ। ਤੇ ਮਿੱਤਰੋ, ਆਪਾਂ ਇੱਕੋ ਜਿਹੇ ਚਸ਼ਮੇ ਲਾ ਕੇ ਹੁਣ 15-20 ਮਿੰਟ ਦਾ ਰਾਹ ਕਵਰ ਕਰ ਲਿਆ ਏ। ਸਾਡੀ ਪਲੈਨਿੰਗ ਆਹੀ ਏ, ਜਿੱਥੇ ਸਾਡਾ ਜਦੋਂ ਦਿਲ ਕੀਤਾ ਅਸੀਂ ਉੱਥੇ ਰੁਕ ਜਾ ਕਰਨਾ ਏ। ਮਤਲਬ ਦਿੱਲੀ ਐਰਕਾ ਟ੍ਰਿਪ ਚ ਅਵੋਇਡ ਕਰ ਰਹੇ ਹਾਂ ਜਾਂਦੀ ਵਾਰੀ, ਵਾਪਸੀ ਚ ਦਿੱਲੀ ਰੁਕਾਂਗੇ। ਹੁਣ ਹਰਿਆਣੇ ਥਾਣੇ ਹੁੰਦੇ ਹੋਏ ਕਰਨਾਲ, ਅੰਬਾਲਾ, ਹੋ ਸਕਦਾ ਚੰਡੀਗੜ੍ਹ ਹੁੰਦੇ ਅੰਮ੍ਰਿਤਸਰ ਚਲ ਜਾਈਏ, ਜਾਂ ਸਿੱਧਾ ਅੰਮ੍ਰਿਤਸਰ ਜਾਈਏ, ਵਾਪਸੀ ਚ ਚੰਡੀਗੜ੍ਹ ਹੋ ਕੇ ਦਿੱਲੀ ਆਈਏ। ਕੁਛ ਵੀ ਹੋ ਸਕਦਾ ਹੈ, ਕਿਉਂਕਿ ਅਸੀਂ ਮਜ਼ੇ ਲੈਣ ਨਿਕਲੇ ਹਾਂ ਦੋਵੇਂ ਜਣੇ, ਤੇ ਜਿੱਥੇ ਸਾਡਾ ਜੋ ਦਿਲ ਕੀਤਾ ਉਹ ਕਰਾਂਗੇ। ਫਿਲਹਾਲ ਇਟਸ 11:23 ਐਂਡ ਰਾਮਪੁਰ ਪਹੁੰਚ ਚੁੱਕੇ ਹਾਂ ਆਪਾਂ ਆਪਣੇ। ਵਾਹਿਗੁਰੂ ਵਾਹਿਗੁਰੂ, ਬਚ ਗਿਆ ਹੋਣਾ ਡਰਾਈਵਰ ਵੈਸੇ, ਹਨਾ, ਬਚ ਸਕਦਾ। ਸਾਰਾ ਸਮਾਨ ਸਮੂਨ ਵਿਚਾਰੇ ਆਲੂ ਨੇ, ਹਨਾ, ਡਿੱਗੇ ਪਏ ਵਿਚਾਰੇ ਬਾਹਰ। ਚਲੋ ਬਾਬਾ ਮਿਹਰ ਕਰੇ, ਆਰਾਮ ਨਾਲ ਚਲਾਇਆ ਕਰੋ ਯਾਰ। ਸੀਟ ਬੈਲਟਾਂ ਲਾ ਲਓ ਕਿ ਜ਼ਿੰਦਗੀ ਇੱਕ ਵਾਰੀ ਮਿਲਦੀ ਜੀ, ਆਹ ਸਮਝ ਲਓ ਆਪਾਂ 10 ਮਿੰਟ ਦੀ ਛੇਤੀ ਕਰਕੇ ਨਾ, 10 ਮਿੰਟ ਦੀ ਮੁਸ਼ਕਲ ਨਾਲ ਛੇਤੀ ਹੁੰਦੀ ਹੈ। ਉਹਦੇ ਚੱਕਰ 'ਚ ਵੇਲੋ ਹੁਣ ਆਹ ਕਿੰਨਾ ਤਕੜਾ ਨੁਕਸਾਨ ਹੈ, ਮਤਲਬ ਗੱਡੀ ਦਾ, ਸਮਾਨ ਦਾ, ਬੰਦੇ ਦਾ ਆਪਣਾ। ਮੈਂ ਤੇ ਐਕਸਪੀਰੀਅੰਸ ਕਰ ਚੁੱਕਿਆ, ਮੈਂ ਤਾਂ ਹੀ ਤੁਹਾਨੂੰ ਬਾਰ ਬਾਰ ਆਹੀ ਗੱਲ ਸਮਝਾਉਂਦਾ। ਸੀਟ ਬੈਲਟ ਲਾਓ, ਗੱਡੀ ਲਓ ਵਧੀਆ ਏਅਰ ਬੈਗ ਵਾਲੀ, ਚਾਹੇ ਨੁਕਸਾਨ ਹੋ ਜਾਏ ਚਾਹੇ ਕੁਛ ਵੀ ਹੋ ਜਾਏ, ਲੇਕਿਨ ਇਹ ਆਪਣੇ ਵੱਲੋਂ ਸੇਫਟੀ ਪੂਰੀ ਰੱਖੇ ਬੰਦਾ। ਵਾੜਦੇ ਇੱਧਰੋਂ ਹੀ ਉੱਧਰੋਂ, ਥੋੜ੍ਹਾ ਰੈਸਟ ਪਾ ਲੈ ਲਿਆ ਜਾਏ, ਫਰੈਸ਼ ਫਰੁਸ਼ ਹੋ ਲਿਆ ਜਾਏ, ਕਿਉਂਕਿ ਲਗਭਗ 2 ਘੰਟੇ ਦੀ ਜਰਨੀ ਆਪਾਂ ਕਰਤੀ ਹੈ, ਹਨਾ। ਇਹ 11 ਵਜੇ ਤੁਰਿਆ, 1 ਵਜੇ ਪਹੁੰਚ ਗਏ ਹਾਂ ਇੱਥੇ ਸ਼ਿਵਾ ਢਾਬੇ ਤੋਂ। ਮੇਰੇ ਬਾਊ ਨੂੰ ਨਾ ਥੋੜ੍ਹੀ ਭੁੱਖ ਲੱਗੀ ਹੈ, ਕਹਿੰਦਾ ਚੀਜ਼ੀ ਲੈਣੀ ਹੈ, ਟੋਫੀਆਂ ਟੋਫੀਆਂ ਚੀਜ਼ੀ। ਕੋਈ ਨੀ ਬਾਊ, ਜਿਹੜਾ ਤੇਰਾ ਜੀ ਕਰੇ ਕਾਕੇ, ਜਿਹੜੀ ਮਰਜ਼ੀ ਚੀਜ਼ੀ ਲੈ ਲਾ ਕਾਕੇ। ਓਏ ਬਾਊ, ਤੂੰ ਗੱਚਕ ਬੜੇ ਸ਼ੌਂਕ ਨਾਲ ਖਾਂਦਾ ਹੈ, ਪੀਨਟ ਚਿੱਕੀ ਕੀ ਲੈਣਾ ਦੱਸ ਹੋਰ। ਮਿਕਸ ਡਰਾਈ ਫਰੂਟ, ਅਤੇ ਸਹੀ ਹੈ ਜਗ੍ਹਾ ਨਾ, ਮੈਂ ਨਹੀਂ ਪੀਣਾ ਆਹ ਤਾਂ ਬਿਲਕੁਲ ਵੀ ਨਹੀਂ। ਨੇਰੀ ਖੰਘ ਹੁੰਦੀ ਹੈ ਇਹਦੇ ਨਾਲ, ਮੈਂ ਚੰਗਾ ਹੋਵਾਂ ਤਾਂ ਹੁੰਦੀ ਹੈ, ਹੁਣ ਤਾਂ ਖੰਘ ਜ਼ੁਕਾਮ ਲੱਗਾ ਹੈ। ਨੋਟ ਐਟ ਆਲ ਯਾਰ, ਜੇ ਤੂੰ ਇੰਨੀ ਜਿੱਦ ਕਰਨ ਡਿਆ ਏ, ਫਿਰ ਮੈਂ ਕੀ ਲਾਵਾਂਗਾ, ਮੈਨੂੰ ਹਜੇ ਤਾਂ ਕੋਈ ਸਮਝ ਆ ਨਹੀਂ ਰਿਹਾ। ਫਿਰ ਮੈਂ ਆਹ ਲਾਵਾਂਗਾ ਚੋਕਲੇਟ ਵਾਲੀ, ਚੋਕਲੇਟ ਫਿਰ ਵੇ ਆ ਗਿਆ ਨਾ, ਆ ਗਿਆ ਉੱਤੇ, ਫਟ ਫਟ ਆ ਗਿਆ ਆਪਣੇ, ਫਿਰ ਛੋੜ ਦੀ ਫਿਰ ਕਰ, ਚੋਕਲੇਟ ਹੀ ਪੀਵਾਂਗਾ। ਖਵਾਉਣ ਨੂੰ ਮੈਂ ਤੈਨੂੰ ਇੱਥੋਂ ਖਵਾ ਦੇਣਾ ਹੀ ਆ, ਲੇਕਿਨ ਮੈਂ ਸੋਚਣ ਡਿਆ ਤੈਨੂੰ ਦੁਬਈ ਲੈ ਕੇ ਜਾਵਾਂ ਤੇ ਉੱਥੇ ਤੈਨੂੰ ਖਵਾਵਾਂ, ਸ਼ੇਖਾਂ ਵਾਲੇ ਉਹੀ ਖਵਾਵਾਂਗਾ ਹੁਣ ਤੈਨੂੰ ਦੁਬਈ ਤੋਂ। ਅੱਛਾ ਤੁਹਾਡਾ ਫੋਨ 200 ਗ੍ਰਾਮ ਕਾ, ਸਹੀ ਹੈ, ਕਿੱਥੇ ਹੋ ਗਿਆ ਇਸਦੇ 505 ਰੁਪਏ। ਅਰੇ ਗੁੱਡ ਕੰਮ ਹੋ ਗਿਆ, ਹੁਣ ਚੱਲਦੇ ਆ। ਥਾਰ ਆਪਾਂ ਆਪਣੀ ਪੂਰੀ ਸ਼ਿੰਗਾਰ ਕੇ ਲਿਆਂਦੀ ਅੱਜ ਘਰੋਂ। ਚਲੋ ਬਾਹਰ ਤੇ ਵੈਸੇ ਠੰਡ ਹੈਗੀ ਏ, ਲੇਕਿਨ ਆਪਾਂ ਇੰਨਾ ਕੁ ਕੰਮ ਚਲਾ ਲਿਆ।
ਟਾਈਮ ਹੋ ਗਿਆ 2:06 ਤੇ ਆਪਾਂ ਹੁਣ ਰਈਏ ਵਾਲੇ ਫਲਾਈ ਓਵਰ ਤੇ ਸਿੱਧਾ ਪੈ ਗਿਆ ਹੈ। ਸਿੱਧਾ ਹੁਣ ਆਪਾਂ ਉਤਰ ਕੇ ਸਿੱਧਾ ਆਪਾਂ ਪੰਜਾਬ ਰੋਡ ਤੇ ਪੈ ਜਾਣਾ। ਹੁਣ ਸੰਦੀਪ ਜੀ ਕਹਿ ਰਹੇ ਆ ਤੁਸੀਂ ਥੋੜਾ ਮੋਰਚਾ ਫਤਿਹ ਕਰੋ, ਉਹਨਾਂ ਨੇ ਰੈਸਟ ਲੈਣਾ ਇੱਧਰ ਲਾਲੂ ਸਾਈਡ ਵਿੱਚ। ਅਰੇ ਅਰੇ ਕਬੂਤਰ ਨਾਲ ਨਾਲ ਉੱਡਣ ਡਿਆ ਜੀ। ਤੇ ਗਾਣੇ ਇੱਦਾਂ ਹੀ ਵਧੀਆ ਵਧੀਆ ਲਾ ਕੇ ਰੱਖਣੇ ਨੇ, ਮੈਂ ਤੁਹਾਡਾ ਦਿਲ ਲਾ ਕੇ ਰੱਖਿਆ 3 ਘੰਟੇ। ਤੇ ਬਾਹਰ ਜਿਹੜਾ ਉੱਤਰ ਕੇ ਪਤਾ ਲੱਗਦਾ ਹੈ ਕਿ ਮੌਸਮ ਕਿੰਨਾ ਠੰਡਾ, ਜਿੰਨਾ ਚਿਰ ਬਾਹਰ ਉੱਤਰਦੇ ਨੀ ਕਿ ਮੌਸਮ ਬਾਰੇ ਉਦੋਂ ਤੱਕ ਪਤਾ ਨੀ ਲੱਗਦਾ। ਚੱਲ ਬਈ ਝੋਟਿਆ, ਆਹਾ ਆ ਗਈ ਤੇਰੀ ਮੈਚਿੰਗ ਕਰ ਗਿਆ ਮੈਂ ਤੇ। ਓਏ ਐ ਲੇਟ ਕੇ ਚਲਾਉਣ ਡਿਆ ਤੂੰ, ਮੈਂ ਨਹੀਂ ਚਲਾ ਸਕਦਾ। ਤੇ ਮਿੱਤਰੋ ਆਪਾਂ ਪਹੁੰਚ ਗਏ ਅਮਰੀਕ ਸੁਖਦੇਵ, ਟਾਈਮ 3:08 ਲਗਾਤਾਰ 1 ਘੰਟੇ ਦੇ ਡਰਾਈਵ ਕਰਨ ਦੇ ਬਾਅਦ ਚੋਂ ਹੁਣ ਥੋੜਾ ਥੋੜਾ ਲੰਚ ਹੋਏ। ਮੇਰੇ ਕਹਿਣ ਦਾ ਸੁਭਾਅ ਇਹ ਹੈ ਕਿ ਸੰਦੀਪ ਜੀ ਆਲੂ ਕੇ ਪਰੌਂਠੇ ਖਾਓਗੇ ਜਾਂ ਗੋਭੀ ਕੇ ਖਾਓਗੇ? ਇੱਕ ਗੋਭੀ ਦਾ ਕਰ ਲਾਂਗੇ, ਇੱਕ ਆਲੂ ਦਾ ਕਰ ਲਾਂਗੇ। ਇਹ ਬਾਤ ਮੈਨੂੰ ਅੱਛੀ ਲੱਗੀ, ਇਹ ਗੋਭੀ ਦਾ ਕਰ ਲਾਂਗੇ ਇੱਕ ਆਲੂ ਦਾ ਕਰ ਲਾਂਗੇ। ਹਾਂਜੀ, ਤੇ ਭੁੱਖ ਵੀ ਜ਼ਿਆਦਾ ਲੱਗੀ ਨੀਗੀ ਕਿਉਂਕਿ ਆਪਾਂ ਘਰੋਂ ਦੋ ਪਰਾਂਠੇ ਛੱਕ ਕੇ ਆਏ ਸੀਗੇ, ਨੋਰਮਲ ਚਾਹ ਨਾਲ ਚਾੜਨਾ। ਤੇ ਹੁਣ ਬਸ ਇੱਥੇ ਅਗਰ ਆ ਟ੍ਰੈਫਿਕ ਦਾ ਮਸਲਾ ਸੋਲਵ ਹੋ ਜੇ ਤੇ ਹਜੇ ਸ਼ੁਕਰ ਇਸ ਗੱਲ ਦਾ ਹੈ ਕਿ ਪੈਟਰੋਲ ਪੰਪ ਵਾਲਾ ਮਸਲਾ ਸੁਲਝ ਗਿਆ, ਨਹੀਂ ਤੇ ਅੱਜ ਬੜਾ ਜਾਮ ਹੋਣਾ ਸੀ। ਕਿਉਂ 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 ਇੱਥੇ ਇੰਨਾ ਹੀ ਮਿਲਦਾ ਜੀ, ਤੂੰ ਅੰਮ੍ਰਿਤ ਥੋੜੀ ਛਕਿਆ ਹੈ? ਬਸ ਫਿਰ ਠੀਕ ਹੈ, ਅੱਧਾ ਤਾਂ ਕਰ ਦਿਓ ਕਰ ਦਿਓ ਕਰ ਦਿਓ ਕਰ ਦਿਓ। ਅੱਧੇ ਘੰਟੇ ਬਾਅਦ ਆਏ ਨੇ, ਅੱਧੇ ਘੰਟੇ ਬਾਅਦ, ਅੱਧਾ ਤਾਂ ਨਹੀਂ 20 ਮਿੰਟ ਹੋ ਗਏ। ਪਰ ਮੈਂ ਹਮੇਸ਼ਾ ਤਵਿਆ ਦੇ ਪਰੌਂਠੇ ਪ੍ਰੈਫਰ ਕਰਦਾ ਹੈ, ਮੈਂ ਨਹੀਂ ਖਾਂਦਾ ਉਹ ਯਾਰ ਦੂਜੇ ਤੰਦੂਰ ਵਾਲੇ, ਇਹਨਾਂ 'ਚ ਜ਼ਿਆਦਾ ਮਜ਼ਾ ਆਉਂਦਾ। ਓ ਹੋ 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 ਗਰਮ ਹੈ, ਮੇਰਾ ਕੰਮ ਵੇਖੀ ਹੁਣ ਤੂੰ ਬਸ ਫੜੀ ਹੋ। ਹਾਂਜੀ ਸੰਦੀਪ ਜੀ, ਫਿਰ ਮਜ਼ਾ ਆ ਗਿਆ ਖਾ ਪੀ ਕੇ, ਤੇ ਹੁਣ ਚੱਲੀਏ ਕੇ ਬੰਦੇ ਨੂੰ? ਬਿਲਕੁਲ ਚਲੋ ਫਿਰ, ਧੁੱਪ ਵੀ ਚੜ ਗਈ ਹੈ ਇੱਥੇ ਆ ਕੇ, ਓਨੀ ਨਹੀਂ ਚੜੀ ਆ, ਇਹਨਾਂ ਨੂੰ ਕਿੰਨੇ ਮਜ਼ਾ ਆਉਣ ਡੇ ਦੋਵਾਂ ਜਣੇ ਨੇ। ਕਪਲ ਗੋਲਸ ਨੇ, ਕਪਲ ਗੋਲ, ਉਹ ਵਿਚਾਰਾ ਵੇਖ ਲਾ ਉੱਤੇ ਵੀ ਵਿਚਾਰਾ ਰੀਲ ਬਣਾਉਣ ਡਿਆ ਜੀ, ਉਹਦੀ ਮੁੰਡਿਆਂ ਦਾ ਕੋਈ ਹਾਲ ਨਹੀਂ ਕਿ ਫਿਟੇ ਹਾਲ। ਹੁਣ ਇੱਥੋਂ ਚੱਲਿਆ ਜਾਏ, ਆਪਾਂ ਇੱਥੇ ਬਹੁਤ ਟਾਈਮ ਵੇਸਟ ਕਰਤਾ, ਵੇਸਟ ਕੀ ਕਰਤਾ, ਫੋਟੋਆਂ ਖਿਚਾਉਣ ਲੱਗ ਪਏ, 4:24 ਹੋ ਗਏ ਨੇ ਕਿਉਂਕਿ ਸੂਰਜ ਆ ਗਿਆ। ਥੈਂਕ ਯੂ ਜੀ, ਬਾਏ 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 ਬਾਏ। ਹੁਣ ਮਸਲਾ ਇਹ ਵਾ ਕਿ ਆਪਾਂ ਫਿਲਹਾਲ ਤੁਹਾਡਾ ਏਮ ਸੀਗਾ ਚੰਡੀਗੜ੍ਹ ਜਾਣ ਦਾ, ਤੇ ਉੱਥੇ ਰਾਤ ਰੋਕ ਕੇ ਅੰਮ੍ਰਿਤਸਰ ਜਾਣ ਦਾ। ਹੁਣ ਆਪਣੇ ਇੱਕ ਵੀਰ ਭਰਾ ਦਾ ਫੋਨ ਆਇਆ, ਉਹ ਕਹਿੰਦਾ ਕਰਨਾਲ ਤੁਸੀਂ ਮੇਰੇ ਕੋਲ ਆਓ, ਮੈਨੂੰ ਮਿਲੋ, ਗੱਲਾਂ ਬਾਤਾਂ ਮਾਰਦੇ ਆ। ਆਪਣਾ ਬੜਾ ਪੁਰਾਣਾ ਯਾਰ ਦੋਸਤ ਏ ਸਾਡਾ, ਹੁਣ ਸੰਦੀਪ ਜੀ ਦਾ ਇਹ ਵਿਚਾਰ ਬਣ ਰਿਹਾ ਹੈ ਕਿ ਆਪਾਂ ਪਹਿਲਾਂ ਕਰਨਾਲ ਚੱਲੀਏ, ਐਟਲੀਸਟ ਉਹਦੇ ਨਾਲ ਮਿਲੀਏ, ਫਿਰ ਦੇਖਦੇ ਹਾਂ ਕੀ ਪਲਾਨ ਬਣਾਉਂਦੇ ਹਾਂ। ਤੇ ਹੁਣ ਇੱਥੋਂ ਕਰਨਾਲ ਦਾ ਰਾਹ ਮੁਸ਼ਕਿਲ ਨਾਲ 15-20 ਮਿੰਟ ਦਾ ਰਹਿ ਗਿਆ, ਤੇ ਬਸ ਪਹੁੰਚ ਗਏ। ਟਾਈਮ ਬਹੁਤ ਜ਼ਿਆਦਾ ਹੋ ਗਿਆ, 5:30 ਹੋ ਚੁੱਕੇ ਨੇ, 6 ਵਜੇ ਤੱਕ ਆਪਾਂ ਪਹੁੰਚ ਜਾਣਾ ਹੈ। ਚਲੋ ਆਓ, ਫੜੋ 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 ਫੜੋ, ਸੰਦੀਪ ਸਿਆ ਹੁਣ ਨਾ ਠਾਲੀ ਮੈਨੂੰ, ਅੱਜ ਹੁਣ ਸਾਡਾ ਪਲਾਨ ਕੈਂਸਲ ਹੋ ਗਿਆ ਹੈ, ਅੱਜ ਅਸੀਂ ਕਰਨਾਲ ਹੀ ਰੁਕਾਂਗੇ, ਇੱਥੇ ਮਜ਼ੇ ਲਾਂਗੇ ਆਰਾਮ ਨਾਲ, ਕਿਉਂ ਵਧੀਆ ਬੰਦਾ ਮਿਲ ਗਿਆ, ਗੱਲਾਂ ਬਾਤਾਂ ਹੁੰਦੀਆਂ, ਪੂਰੀ ਰਾਤ ਗੱਲਾਂ ਬਾਤਾਂ ਮਾਰਾਂਗੇ। ਹੁਣ ਪਹਿਲਾਂ ਕਰੀਏ ਚੇਂਜ ਕਰ ਲਈਏ ਇੱਕ ਵਾਰੀ, ਹੈ ਨਾ, ਥੋੜ੍ਹਾ ਰਿਲੈਕਸ ਹੋ ਜਾਈਏ।
ਗਾਇਸ ਮੈਂ ਸੌ ਗਿਆ ਹਾਂ ਰਜਾਈ 'ਚ ਅਤੇ ਮੈਨੂੰ ਮਾੜੀ ਜਿਹੀ ਆਵਾਜ਼ ਆਈ ਚਮਚੇ ਚੱਲਣ ਦੀ ਉਹ ਫੋਨ ਕਿਉਂ ਦੇਖਣ ਆਏ ਆਵੇ ਕਿਉਂ ਬੰਦਾ ਜੇ ਕਿਤੇ ਪਰੋਣਿਆਂ ਨੇ ਰਾਖੀ ਲਿਆਏ ਸਾਥੀ ਲਿਆਏ ਆਵੇ ਕਿ ਵੀਰੇ ਕੰਮ ਹਜੇ ਆ ਵੀ ਪਿਆ ਮੇਰੀ ਤਾਂ ਤਬੀਅਤ ਖਰਾਬ ਹੈ ਲੇਕਿਨ ਤੇਰੀ ਹੋ ਜਾਣੀ ਹੈ ਜਿੱਦਾਂ ਤੂੰ ਖਾਂਦੇ ਲੱਗੇ ਤੂੰ ਮੈਨੂੰ ਦੱਸ ਭਾਊ ਇੰਨੇ ਸ਼ਵਾਰੇ ਦਿਨ ਤੰਗ ਨਾ ਕਰ ਦੁੱਧ ਦੁੱਧ ਗਲਤ ਗੱਲ ਹੈ ਗਲਤ ਗੱਲ ਹੈ ਸੇਵੀਆਂ ਤਾਂ ਨਹੀਂ ਅੜ ਗਈਆਂ ਰੁਕ ਜਾ ਪਹਿਲੇ ਯਾਰ ਆਹ ਸਾਈਡ 'ਤੇ ਰੱਖਾਂ ਮੈਂ ਕਿਤੇ ਤੂੰ ਡੋਲੇਗਾ ਸਿਆਣੇ ਬੰਦੇ ਨੂੰ ਇਨੀਸ਼ੀਏਟਿਵ ਲੈਣਾ ਪਏਗਾ ਰੱਖਦੇ ਹੁਣ ਤੂੰ ਆਪਣੀਆਂ ਸੀਨੀਆਂ ਓਏ ਮੂੰਹ ਵੇਖ ਅੱਖਾਂ 'ਚੋਂ ਅੱਥਰੂ ਆ ਗਿਆ ਸੀ ਤੇਰੇ ਵੀ ਬਸ ਮਜ਼ਾ ਆ ਰਿਹਾ ਸੰਦੀਪ ਸਿੰਘ ਬਹੁਤ ਜ਼ਿਆਦਾ ਬਸ ਫਿਰ ਮਜ਼ੇ ਲਓ ਪਰ ਜਿੰਨਾ ਤੁਸੀਂ ਖਾਣ 'ਤੇ ਜ਼ੋਰ ਰੱਖਿਆ ਤੁਸੀਂ ਮਰੋਗੇ ਤੁਸੀਂ ਮਰੋਗੇ ਚੱਲ ਕੁਛ ਨਹੀਂ ਕਹਿੰਦਾ ਆ ਜਾ ਆ ਜਾ ਯਾਰ ਕੀ ਖਾ ਅੱਛਾ ਆਓ ਸਰ ਸਰ ਆਓ ਪਲੀਜ਼ ਉਹ ਯਾਰ ਆਹ ਦਾਣਾ ਡਿੱਗਿਆ ਜਾਵੇ ਚੋਲ ਬੜੀ ਬਾਹਰ ਯਾਰ ਮੈਂ ਦਵਾਈ ਖਾਣਾ ਦੱਸੋ